ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਏਕ ਓਂਕਾਰ 'ਤੇ। ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਮਹਾਨ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਜੀ ਬਾਰੇ। ਤੁਸੀਂ ਵੀਡੀਓ ਨੂੰ ਪੂਰਾ ਦੇਖੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਜਨਮ 17 ਫਰਵਰੀ 1881 ਨੂੰ ਮਾਤਾ ਪਰਮਾ ਦੇਵੀ ਦੀ ਕੁੱਖੋਂ, ਪਿਤਾ ਕਰਤਾਰ ਸਿੰਘ ਦੇ ਘਰ ਐਬਟਾਬਾਦ ਪਾਕਿਸਤਾਨ 'ਚ ਹੋਇਆ। ਆਪ ਜੀ ਨੇ 1899 'ਚ ਰਾਵਲਪਿੰਡੀ ਦੇ ਸਕੂਲ ਤੋਂ 10ਵੀਂ ਪਾਸ ਕੀਤੀ ਅਤੇ 1899 ਵਿੱਚ DAV ਕਾਲਜ ਲਾਹੌਰ ਤੋਂ ਇੰਟਰਮੀਡੀਏਟ ਪਾਸ ਕੀਤੀ ਅਤੇ 28 ਸਤੰਬਰ 1900 ਨੂੰ ਟੋਕੀਓ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਦੀ ਨੌਕਰੀ ਕਰਨ ਲੱਗ ਪਏ। ਪ੍ਰੋਫੈਸਰ ਸਾਹਿਬ ਜੀ ਜਰਮਨ ਅਤੇ ਜਪਾਨੀ ਭਾਸ਼ਾਵਾਂ ਸਿੱਖ ਕੇ ਅੰਗਰੇਜ਼ਾਂ ਖਿਲਾਫ਼ ਭਾਸ਼ਣ ਦਿੰਦੇ ਰਹੇ। ਉਹਨਾਂ ਨੇ ਥੰਡਰਿੰਗ ਡੌਨ ਅੰਗਰੇਜ਼ੀ ਪੱਤਰਿਕਾ ਪ੍ਰਕਾਸ਼ਿਤ ਕਰਕੇ ਲੋਕਾਂ ਨੂੰ ਜਗਾਉਣਾ ਸ਼ੁਰੂ ਕੀਤਾ। ਫਿਰ ਜਪਾਨ ਵਿੱਚ ਸਵਾਮੀ ਰਾਮ ਤੀਰਥ ਦੇ ਪ੍ਰਭਾਵ ਹੇਠ ਸੰਨਿਆਸ ਲੈ ਲਿਆ ਅਤੇ ਘਰ ਬਾਰ ਤਿਆਗ ਦਿੱਤਾ। ਇੱਥੋਂ ਤੱਕ ਕਿ ਉਹਨਾਂ ਨੂੰ ਆਪਣੀ ਬਿਮਾਰ ਭੈਣ ਦਾ ਪਤਾ ਲੈਣ ਲਈ ਵੀ ਬੜੀ ਮੁਸ਼ਕਲ ਨਾਲ ਬੁਲਾਇਆ ਗਿਆ ਸੀ। ਸੰਨ 1912 'ਚ ਭਾਈ ਵੀਰ ਸਿੰਘ ਜੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਨੂੰ ਮੁੜ ਸਿੱਖੀ ਕਬੂਲ ਕਰਵਾਈ ਅਤੇ ਫਿਰ ਪ੍ਰੋਫੈਸਰ ਸਾਹਿਬ ਨੇ ਵਿਗਿਆਨ ਅਤੇ ਸਾਹਿਤ ਦੋਵਾਂ ਖੇਤਰਾਂ 'ਚ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ। ਉਹਨਾਂ ਦੀਆਂ ਪੁਸਤਕਾਂ ਦਾ ਸਿਸਟਰਸ ਆਫ ਸਪਿਨਿੰਗ ਵੀਲ, ਆਸਟਿੰਗ ਵੀਡਸ, ਦ ਸਪਰਿੰਗ ਆਫ ਓਰੀਐਂਟਲ ਪੋਇਟਰੀ ਅੰਗਰੇਜ਼ੀ ਵਿੱਚ ਅਤੇ ਖੁੱਲ੍ਹੇ ਰੰਗ ਸਮਾਨੀ, ਖੁੱਲ੍ਹੇ ਮੈਦਾਨ, ਖੁੱਲ੍ਹੇ ਕੁੰਡ, ਖੁੱਲ੍ਹੇ ਲੇਖ, ਤ੍ਰਿੰਜਣ ਦੀਆਂ ਸਖੀਆਂ ਪੰਜਾਬੀ ਵਿੱਚ, ਜੈਦੇਵ ਦੀ ਰਚਨਾ ਗੀਤ, ਗੋਬਿੰਦ ਦਾ ਕਾਵ ਅਤੇ ਵਾਂਡਰਿੰਗ ਡੌਨ ਪੱਤ੍ਰਿਕਾ ਵੀ ਕੱਢਦੇ ਰਹੇ। ਪ੍ਰੋਫੈਸਰ ਸਾਹਿਬ ਨੇ ਈਸਰਦਾਸ ਰਾਏ ਬਹਾਦਰ ਅਤੇ ਸ਼ਿਵਨਾਥ ਦੇ ਸਹਿਯੋਗ ਨਾਲ ਲਾਹੌਰ ਵਿਖੇ ਥਾਈਮੇਲ, ਫੈਨਲ ਅਤੇ ਲੈਮਨ ਤੇਲ ਪੈਦਾ ਕਰਨ ਦਾ ਕੰਮ ਚਲਾਇਆ, ਪਰ ਹਿੱਸੇਦਾਰਾਂ ਦੀ ਬੇਈਮਾਨੀ ਕਾਰਨ ਕੰਮ ਬੰਦ ਕਰਨਾ ਪਿਆ। ਫਿਰ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਲਾਹੌਰ ਦੇ ਪ੍ਰਿੰਸੀਪਲ ਬਣੇ, ਪਰ ਜਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਲਾਲਾ ਹਰਦਿਆਲ ਨਾਲ ਮੇਲ ਹੋਇਆ ਤਾਂ ਪ੍ਰਿੰਸੀਪਲ ਦਾ ਅਹੁਦਾ ਤਿਆਗ ਕੇ ਸਾਬਣ ਬਣਾਉਣ ਦਾ ਕਾਰਖਾਨਾ ਲਾ ਲਿਆ। ਦੇਹਰਾਦੂਨ ਵਿਖੇ ਕੈਮਿਸਟ ਵਜੋਂ ਨੌਕਰੀ ਕਰਨ ਲੱਗੇ ਅਤੇ ਸੰਨ 1918 ਵਿੱਚ ਸੇਵਾ ਮੁਕਤ ਹੋਏ। ਪ੍ਰੋਫੈਸਰ ਸਾਹਿਬ ਜੀ ਨੇ ਕੁਝ ਸਮਾਂ ਪਟਿਆਲਾ ਅਤੇ ਗਵਾਲੀਅਰ ਦੀਆਂ ਰਿਆਸਤਾਂ ਵਿੱਚ ਵੀ ਨੌਕਰੀ ਕੀਤੀ ਅਤੇ ਉਹਨਾਂ ਨੂੰ 1930 ਵਿੱਚ ਤਪਦਿਕ ਦੀ ਬਿਮਾਰੀ ਨੇ ਲਪੇਟ ਵਿੱਚ ਲੈ ਲਿਆ ਅਤੇ ਥੋੜ੍ਹੇ ਸਮੇਂ 'ਚ ਹੀ ਉਹਨਾਂ ਦੀ ਸਰੀਰਕ ਹਾਲਤ ਬਹੁਤ ਪਤਲੀ ਪੈ ਗਈ, ਸਰੀਰ ਬਹੁਤ ਕਮਜ਼ੋਰ ਹੋ ਗਿਆ। ਪ੍ਰੋਫੈਸਰ ਸਾਹਿਬ ਦਾ ਤੁਰਨਾ ਫਿਰਨਾ ਤਾਂ ਦੂਰ ਬਸ ਮੰਜੇ 'ਤੇ ਹੀ ਪੈ ਗਏ। ਅਖੀਰ 31 ਮਾਰਚ 1931 ਨੂੰ ਦੇਹਰਾਦੂਨ ਵਿਖੇ ਪਰਲੋਕ ਸਿਧਾਰ ਗਏ। ਭਾਵੇਂ ਪ੍ਰੋਫੈਸਰ ਪੂਰਨ ਸਿੰਘ ਜੀ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਵਿਛੜ ਗਏ, ਪਰ ਉਹਨਾਂ ਦੀਆਂ ਲਿਖਤਾਂ ਉਹਨਾਂ ਦੀ ਯਾਦ ਨੂੰ ਸਦਾ ਤਾਜ਼ਾ ਰੱਖਣਗੀਆਂ। ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਸਾਹਿਤ ਜਗਤ ਵਿੱਚ ਬੜੇ ਆਦਰ ਨਾਲ ਲਿਆ ਜਾਏਗਾ। ਉਹ ਵਿਗਿਆਨ ਅਤੇ ਸਾਹਿਤ ਦਾ ਸੁਮੇਲ ਸਨ, ਦੋਵਾਂ ਖੇਤਰਾਂ ਵਿੱਚ ਉਹਨਾਂ ਨੇ ਪੂਰਾ ਯੋਗਦਾਨ ਦਿੱਤਾ। ਉਹ ਵਿਸ਼ਾਲਤਾ ਤਜਰਬੇ ਦੇ ਮਾਲਕ ਸਨ। ਪ੍ਰੋਫੈਸਰ ਸਾਹਿਬ ਜੀ ਨਿਰੋਲ ਆਤਮਾ ਦੇ ਕਵੀ ਸਨ। ਪੰਜਾਬ ਦੀ ਧਰਤੀ ਦਾ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਭਾਵ ਉਹਨਾਂ ਦੇ ਦਿਲ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਮਾਂ ਬੋਲੀ ਦੀ ਝੋਲੀ ਪਾਇਆ ਉਹਨਾਂ ਦਾ ਅਨਮੁੱਲਾ ਸਾਹਿਤ ਸਦਾ ਮਹਿਕਾਂ ਖਿਲਾਰਦਾ ਰਹੇਗਾ।